ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਜੀ ਕੇ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਮੌਕ ਟੈਸਟ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਕਿਉਂਕਿ ਸਾਰੇ ਹੀ ਐਮਸੀਕਿਊ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹਰ ਇੱਕ ਐਮਸੀਕਿਊ ਨੂੰ ਹਰ ਇੱਕ ਕੁਐਸਚਨ ਨੂੰ ਅਟੈਂਪਟ ਕਰਨ ਦੇ ਲਈ ਤੁਹਾਨੂੰ 3 ਸੈਕਿੰਡ ਦਿੱਤੇ ਜਾਣਗੇ 3 ਸੈਕਿੰਡ ਦੇ ਵਿੱਚ ਤੁਸੀਂ ਆਪਣਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸੈਂਡ ਕਰਨਾ ਹੋਵੇਗਾ ਠੀਕ ਹੈ ਜੀ ਤੇ ਲਾਸਟੇ ਜ਼ਰੂਰ ਦੱਸਣਾ ਤੁਹਾਡੇ ਸਮੌਕ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਆਏ ਹਾਂਜੀ ਅੱਗੇ ਸੇ ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ ਲਾਸਟ ਦੇ ਵਿੱਚ ਇਸ ਵੀਡੀਓ ਦੇ ਵਿੱਚ ਪਹਿਲਾਂ ਸੀ ਪੰਜਾਬ ਜੀਕੇ ਦੇ ਬਾਰੇ ਕਰਾਂਗੇ ਉਸ ਤੋਂ ਬਾਅਦ ਅਸੀਂ ਸੰਵਿਧਾਨ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਮੌਕ ਟੈਸਟ ਲਵਾਂਗੇ ਪੰਜਾਬ ਜੀਕੇ ਤੋਂ ਬਾਅਦ ਸੰਵਿਧਾਨ ਦਾ ਮੌਕ ਟੈਸਟ ਵੀ ਇਸੇ ਵੀਡੀਓ ਦੇ ਵਿੱਚ ਅਸੀਂ ਕਰਨ ਵਾਲੇ ਆ ਤੇ ਸੰਵਿਧਾਨ ਦੇ ਨਾਲ ਰਿਲੇਟਡ ਐਮਸੀਕਿਊ ਤੇ ਪੰਜਾਬ ਦੇ ਨਾਲ ਰਿਲੇਟਡ ਐਮਸੀਕਿਊ ਇਸ ਵੀਡੀਓ ਦੇ ਵਿੱਚ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਤੇ ਲਾਸਟ ਤੇ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਜੋ ਜਿਹੜੇ ਵੀ ਸਟੂਡੈਂਟਸ ਨੂੰ ਡਾਊਟਸ ਸੀ ਉਹ ਵੀ ਕਲੀਅਰ ਕਰਾਂਗੇ ਠੀਕ ਹੈ ਜੀ ਤਾ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕੌਣ ਹੈ ਹਾਂਜੀ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕਿੰਨਾਂ ਨੂੰ ਮੰਨਿਆ ਜਾਂਦਾ ਹੈ ਡਾਕਟਰ ਐਮ ਐਸ ਰੰਦਾਵਾ ਨੂੰ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਹਰੀ ਕ੍ਰਾਂਤੀ ਕਾਦੇ ਨਾਲ ਸੰਬੰਧਿਤ ਹਾਂਜੀ ਹਰੀ ਕ੍ਰਾਂਤੀ ਕਾਣਕ ਅਤੇ ਝੋਨੇ ਦੇ ਲਈ ਪ੍ਰਮੁੱਖ ਮੰਨੀ ਜਾਂਦੀ ਆ ਠੀਕ ਹੈ ਜਾਨੀ ਕਿ ਫਸਲਾਂ ਦੇ ਨਾਲ ਸੰਬੰਧਿਤ ਆ ਤੇ ਚਿੱਟੀ ਕ੍ਰਾਂਤੀ ਦੁੱਧ ਦੇ ਨਾਲ ਸੰਬੰਧਿਤ ਆ ਨੀਲੀ ਕ੍ਰਾਂਤੀ ਮੱਛੀਆਂ ਦੇ ਉਤਪਾਦਨ ਦੇ ਨਾਲ ਸੰਬੰਧਿਤ ਆ ਹੁਣ ਅਸੀਂ ਗੱਲ ਕੀਤੀ ਆ ਹਰੀ ਕ੍ਰਾਂਤੀ ਦੇ ਪਿਤਾ ਬਾਰੇ ਜਾਨੀ ਕਿ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਡਾਕਟਰ ਐਮ ਐਸ ਰੰਧਾਵਾ ਨੂੰ ਮੰਨਿਆ ਜਾਂਦਾ ਹੈ ਠੀਕ ਹੈ ਵੈਸੇ ਹਰੀ ਕ੍ਰਾਂਤੀ ਦੇ ਜਨਕ ਆ ਨੋਰਮਨ ਬੋਰਲਗ ਠੀਕ ਹੈ ਇਹਨਾਂ ਨੂੰ 1970 ਦੇ ਵਿੱਚ ਨੋਵਲ ਪੁਰਸਕਾਰ ਵੀ ਮਿਲੇ ਆ ਤੇ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾਮਾ ਐਮ ਐਸ ਸੁਆਮੀ ਨਾਥਨ ਨੂੰ ਮੰਨਿਆ ਜਾਂਦਾ ਹੈ ਹਰੀ ਕ੍ਰਾਂਤੀ ਆਈ ਕਦੋਂ ਸੀ 1665 ਤੋਂ 1666 ਦੇ ਵਿੱਚਕਾਰ ਆਈ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਆ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਤੀ ਭਵਨ ਹੈ ਹਾਂਜੀ ਪੰਜਾਬ ਦਾ ਕਿਹੜਾ ਸ਼ਹਿਰ ਆ ਜਿੱਥੇ ਖੇਤੀ ਭਵਨ ਮੋਹਾਲੀ ਦੇ ਵਿੱਚ ਆ ਖੇਤੀ ਭਵਨ ਠੀਕ ਹੈ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਕੀਤੀ ਆ ਮੋਹਾਲੀ ਦੀ ਤਾਂ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ ਮੋਹਾਲੀ ਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਕੰਪਿਊਟਰ ਕਿੱਥੇ ਬੰਦੇ ਹਨ ਮੋਹਾਲੀ ਦੇ ਵਿੱਚ ਬੰਦੇ ਆ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਨਵੇਂ ਪੰਜਾਬ ਦਾ ਗਠਨ ਕਿਹੜੇ ਸਾਲ ਵਿੱਚ ਹੋਇਆ ਹਾਂਜੀ ਨਵੇਂ ਪੰਜਾਬ ਦਾ ਗਠਨ 1966 ਦੇ ਵਿੱਚ ਹੋਇਆ ਸੀ ਤੇ ਕਿਦੇ ਆਧਾਰ ਤੇ ਕੀਤਾ ਗਿਆ ਸੀ? ਪਾਸ਼ਾ ਦੇ ਆਧਾਰ ਤੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਪੈਪਸੂ ਸਟੇਟ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? ਹਾਂਜੀ ਪੈਪਸੂ ਸਟੇਟ ਨੂੰ ਪੰਜਾਬ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ? 1956 ਦੇ ਵਿੱਚ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਪੈਪਸੂ ਸਟੇਟ ਦੇ ਵਿੱਚ ਕੁੱਲ 8 ਰਾਜਸਤਾਨ ਸੀ ਜਿਸ ਦੇ ਵਿੱਚੋਂ ਪੈਪਸੂ ਸਟੇਟ ਦੀ ਰਾਜਧਾਨੀ ਸੀ ਪਟਿਆਲਾ ਹਾਂਜੀ ਅਗਲਾ ਪ੍ਰਸ਼ਨ ਬਾਬਾ ਬੁੱਢਾ ਜੀ ਦਾ ਸਬੰਧ ਕਿਹੜਾ ਹਾਂਜੀ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਕਿਹੜਾ ਕਥਨ ਸਹੀ ਹੈ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਕਿਹੜਾ ਕਥਨ ਸਹੀ ਹੈ ਪਹਿਲਾਂ ਅਸੀਂ ਰੀਡ ਕਰ ਲੈਂਦੇ ਆ ਪਹਿਲੇ 6 ਗੁਰੂਆਂ ਦੇ ਸਮਕਾਲੀ ਨਾ ਹਾਂਜੀ ਬਿਲਕੁਲ ਠੀਕ ਆ ਤੇ ਆਦ ਗ੍ਰੰਥ ਸਾਹਿਬ ਦੇ ਰਚੇਤਾ ਨੇ ਜਾਨੀ ਕਿ ਪਹਿਲੇ ਗ੍ਰੰਥੀ ਰਹੇ ਆ ਬਾਬਾ ਬੁੱਢਾ ਜੀ ਆਧਗ੍ਰੰਥ ਸਾਹਿਬ ਦੇ ਤਾਂ ਰਾਈਟ ਆਨਸਰ ਹੈ ਠੀਕ ਹੈ ਪਰ ਆਧਗ੍ਰੰਥ ਸਾਹਿਬ ਜੀ ਦੇ ਰਚੇਤਾ ਲਿਖਿਆ ਆਧਗ੍ਰੰਥ ਸਾਹਿਬ ਜੀ ਦੇ ਰਚੇਤਾ ਭਾਈ ਗੁਰਦਾਸ ਜੀ ਆ ਠੀਕ ਹੈ ਨਾ ਕਿ ਬਾਬਾ ਬੁੱਢਾ ਜੀ ਇਸ ਗੱਲ ਇਹ ਗੱਲ ਗਲਤ ਆ ਤੇ ਹੁਣ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਰਏ ਆ ਹਾਂਜੀ ਇਹ ਠੀਕ ਹੈ ਠੀਕ ਹੈ অপਸ਼ਨ ਨੰਬਰ ਸੀ ਰਾਈਟ ਆ ਜਾਨੀ ਕਿ ਏ ਤੇ ਸੀ ਰਾਈਟ ਆ ਤਾਂ ਇੱਥੇ ਵੀ ਕੁਐਸਚਨ ਦੇ ਵਿੱਚ ਮਿਸਟੇਕ ਆ ਦੇਖੋ ਏ ਤੇ ਬੀ ਲਿਖਿਆ ਕਿੰਨਾ ਤੁਸੀਂ ਧਿਆਨ ਨਾਲ ਲਗਾਉਣਾ ਹੋਵੇਗਾ ਏ ਤੇ ਸੀ ਦੀ ਤਾਂ ਆਪਸ਼ਨ ਹੀ ਨਹੀਂ ਮਿਲੀ ਸਾਨੂੰ ਜਾਂ ਤਾਂ ਹੁਣ ਇਹਦਾ ਆਪਸ਼ਨ ਏ ਹੋਵੇਗਾ ਜਾਂ ਆਪਸ਼ਨ ਸੀ ਹੋਵੇਗਾ ਵੈਸੇ ਮੋਸਟਲੀ ਇੱਥੇ ਏ ਸੀ ਹੀ ਆਉਣਾ ਸੀ ਬਾਈ ਮਿਸਟੇਕ ਬੀ ਹੋ ਗਿਆ ਠੀਕ ਹੈ ਤਾਂ ਆਪਸ਼ਨ ਨੰਬਰ ਡੀ ਰਾਈਟ ਆਨਸਰ ਬਣੇਗਾ ਨੈਕਸਟ ਪੰਜਾਬ ਦੇ ਕੋਲ ਕਿੰਨੇ ਭੂਗੋਲਿਕ ਖੇਤਰ ਹਨ ਹਾਂਜੀ ਪੰਜਾਬ ਦੇ ਕੋਲ ਕਿੰਨੇ ਭੂਗੋਲਿਕ ਖੇਤਰ ਹਨ ਤਿੰਨ ਕਿਹੜੇ-ਕਿਹੜੇ ਆ ਮਾਝਾ ਦੁਆਬਾ ਮਾਲਵਾ ਤੇ ਮਾਝਾ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਆਉਂਦੇ ਆ ਇਹ ਵੀ ਇੰਪੋਰਟੈਂਟ ਆ ਪੁੱਛਿਆ ਜਾ ਸਕਦਾ ਤੇ ਮੈਂ ਤੁਹਾਨੂੰ ਬਹੁਤ ਵਾਰ ਵੀ ਦੱਸ ਚੁੱਕੀ ਆ ਇਹ ਠੀਕ ਹੈ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਹੁਣ ਇਸ ਤੋਂ ਇਲਾਵਾ ਨਵਾਂ ਬਣਿਆ ਜਿਹੜਾ ਜ਼ਿਲ੍ਹਾ ਵਾ ਜਿਵੇਂ ਮਾਲਵੇ ਦੇ ਵਿੱਚ ਵੀ ਐਡ ਹੋਇਆ ਵਾ ਠੀਕ ਹੈ ਤੇ ਕਿਹੜਾ ਨਵਾਂ ਬਣਿਆ ਜ਼ਿਲ੍ਹਾ ਇਹਦੇ ਬਾਰੇ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਡਿਟੇਲ ਦੇ ਵਿੱਚ ਲਿਖਣਾ ਹੋਵੇਗਾ ਕਿਉਂਕਿ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਤਿੰਨ ਵੀਡੀਓ ਦੇ ਵਿੱਚ ਲਗਾਤਾਰ ਰਿਪੀਟ ਕੀਤਾ ਹਾਂਜੀ ਨੈਕਸਟ ਕੈਮਾ ਬੈਨਸਪਤੀ ਬਾਗ ਕਿੱਥੇ ਹੈ ਹਾਂਜੀ ਕੈਮਾ ਬਨਸਪਤੀ ਬਾਗ ਕਿੱਥੇ ਆ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਕਪੂਰਥਲਾ ਦੇ ਵਿੱਚ ਇਸ ਤੋਂ ਇਲਾਵਾ ਬਾਰਾਦਰੀ ਗਾਰਡਨ ਕਿੱਥੇ ਆ ਪਟਿਆਲਾ ਦੇ ਵਿੱਚ ਆਮ ਖਾਸ ਬਾਗ ਕਿੱਥੇ ਆ ਸਰਹੰਦ ਦੇ ਵਿੱਚ ਆ ਰਾਮ ਬਾਗ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਆ ਹਾਂਜੀ ਅਗਲਾ ਪ੍ਰਸ਼ਨ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਹੈ ਪਾਖੜਾ ਡੈਮ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਆ ਪਾਖੜਾ ਡੈਮ ਇਹ ਸਤਲੁਜ ਦੇ ਰਿਆ ਦੇ ਕੰਡੇ ਤੇ ਬਣਿਆ ਹੋਇਆ ਵਾ ਤੇ ਇਸ ਨੂੰ ਬਣਾਇਆ ਕਦੋਂ ਗਿਆ ਸੀ 1948 ਦੇ ਵਿੱਚ ਤੇ ਪੰਜਾਬ ਦੀ ਰੀਡ ਦੀ ਹੱਡੀ ਕਿਹਾ ਜਾਂਦਾ ਹੈ ਸਤ ਸਤਲੁਜ ਨੂੰ ਠੀਕ ਹੈ ਸਤਲੁਜ ਦੇ ਰਿਆ ਨੂੰ ਕਿਹਾ ਜਾਂਦਾ ਹੈ ਅੱਛਾ ਇੱਥੇ 1948 ਵਿੱਚ ਮੈਂ ਗ੍ਰੈਵਿਟੀ ਡੈਮ ਦੀ ਗੱਲ ਕਰ ਰਹੀ ਹਾਂ ਠੀਕ ਹੈ ਸਤਲੁਜ ਨਾਲ ਸਮਝ ਲੈਣਾ ਪੰਜਾਬ ਦੀ ਰੀਡ ਦੀ ਹੱਡੀ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਸਤਲੁਜ ਨੂੰ ਤੇ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਸਤਲੁਜ ਜੇਕਰ ਛੋਟਾ ਪੁੱਛ ਲਿਆ ਜਾਵੇ ਤਾਂ ਰਾਵੀ ਇਸ ਗੱਲ ਦਾ ਧਿਆਨ ਰੱਖਣਾ। ਹਾਂਜੀ। ਤੇ ਅੱਛਾ ਹੁਣ ਅਸੀਂ ਡੈਮ ਦੀ ਗੱਲ ਕੀਤੀ ਐ। ਥੀਨ ਡੈਮ ਰਾਵੀ ਦਰਿਆ ਦੇ ਕੰਢੇ ਉੱਤੇ ਬਣਿਆ ਹੋਇਆ ਠੀਕ ਐ। ਤੇ ਪਾਖਣਾਣਾਗਲ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਆ। ਨੈਕਸਟ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ ਕਿਹੜੇ ਸਨ ਵਿੱਚ ਰੱਖਿਆ ਗਿਆ? ਹਾਂਜੀ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ 1960 ਦੇ ਵਿੱਚ ਰੱਖਿਆ ਗਿਆ ਸੀ। ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਤੇ ਇਸ ਦਾ ਨਾਮ ਚੰਡੀ ਚੰਡੀ ਮੰਦਿਰ ਤੋਂ ਪਿਆ ਸੀ ਚੰਡੀਗੜ੍ਹ ਠੀਕ ਐ। ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਦੋਂ ਘੋਸ਼ਿਤ ਕੀਤਾ ਗਿਆ 1966 ਦੇ ਵਿੱਚ ਉਸ ਸਮੇਂ ਸਾਡੇ ਪੰਜਾਬ ਦੀ ਰਾਜਧਾਨੀ ਵੀ ਬਣ ਗਿਆ ਸੀ 1966 ਦੇ ਵਿੱਚ ਹੀ ਚੰਡੀਗੜ੍ਹ ਦਾ ਹਾਰਟ ਕਿਹੜੇ ਸੈਕਟਰ ਨੂੰ ਕਿਹਾ ਜਾਂਦਾ ਸੈਕਟਰ 17 ਨੂੰ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਕਿੱਥੇ ਆ ਚੰਡੀਗੜ੍ਹ ਦੇ ਵਿੱਚ ਰੌਕ ਗਾਰਡਨ ਕਿੱਥੇ ਆ ਚੰਡੀਗੜ੍ਹ ਦੇ ਵਿੱਚ ਸੁਖਨਾ ਲੈਕ ਕਿੱਥੇ ਆ ਚੰਡੀਗੜ੍ਹ ਦੇ ਵਿੱਚ ਠੀਕ ਹੈ ਨੈਕਸਟ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਹੁੰਦਾ ਹੈ ਹਾਂਜੀ ਚੰਡੀਗੜ੍ਹ ਦੇ ਪ੍ਰਬੰਧਕ ਉਹੀ ਹੋਵੇਗਾ ਜੋ ਪੰਜਾਬ ਦਾ ਐਡ ਪ੍ਰੈਜ਼ੀਡੈਂਟ ਗਵਰਨਰ ਹੋਵੇਗਾ ਤੇ ਪੰਜਾਬ ਦਾ ਐਡ ਪ੍ਰੈਜ਼ੀਡੈਂਟ ਗਵਰਨਰ ਕੌਣ ਹੈ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਅਗਲਾ ਪ੍ਰਸ਼ਨ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਹਾਂਜੀ ਜੁਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆਂ ਦਾ ਨਾਮ ਦਿੱਤਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਮਹਾਭਾਰਤ ਦੇ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ ਪੰਚਨੰਦ ਦਾ ਠੀਕ ਹੈ ਤੇ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦਾ ਨਾਮ ਕੀ ਸੀ ਲਾਹੌਰ ਸੂਬਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਆ ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ ਪਾਣੀਪਤ ਦਾ ਪਹਿਲਾ ਯੁੱਧ 1526 ਈਸਵੀ ਨੂੰ ਹੋਇਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਬਰਾਹਿਮ ਲੋਦੀ ਅਤੇ ਬਾਬਰ ਦੇ ਵਿਚਕਾਰ ਹੋਇਆ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਨੂੰ ਕੁੱਲ ਹਾਂਜੀ ਇਥੇ ਕੁੱਲ ਹੋਣਾ ਠੀਕ ਹੈ ਪੰਜਾਬ ਨੂੰ ਕੁੱਲ ਕਾਲ ਦੀ ਜਗ੍ਹਾ ਤੇ ਕੁੱਲ ਹੋਣਾ ਪੰਜਾਬ ਨੂੰ ਕੁੱਲ ਕਿੰਨੇ ਮੰਡਲਾਂ ਵਿੱਚ ਵੰਡਿਆ ਹੋਇਆ ਹੈ ਹਾਂਜੀ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨ ਨੇ ਪੰਜ ਪੰਜਾਬ ਨੂੰ ਟੋਟਲ ਪੰਜ ਡਿਵੀਜ਼ਨਾਂ ਦੇ ਵਿੱਚ ਵੰਡਿਆ ਹੋਇਆ ਹੈ ਤੁਹਾਨੂੰ ਤੁਹਾਡੇ ਲਈ ਹੁਣ ਇੰਪੋਰਟੈਂਟ ਇਹ ਨਹੀਂ ਕਿ ਪੰਜ ਦੇ ਵਿੱਚ ਵੰਡਿਆ ਹੋਇਆ ਤੁਹਾਡੇ ਲਈ ਇੰਪੋਰਟੈਂਟ ਇਹ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਮੰਡਲ ਕਿਹੜਾ ਹੈ ਸਭ ਤੋਂ ਵੱਡਾ ਮੰਡਲ ਆ ਜਲੰਧਰ ਇਸ ਤੋਂ ਇਲਾਵਾ ਛੋਟਾ ਕਿਹੜਾ ਹੈ ਰੋਪੜ ਤੇ ਨਿਮਨਤਮ ਕਿਹੜਾ ਹੈ ਰੋਪੜ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਪੰਜਾਬ ਦੇ ਐਡਵੋਕੇਟ ਜਨਰਲ ਕੌਣ ਹਨ ਹਾਂਜੀ ਪੰਜਾਬ ਦੇ ਐਡਵੋਕੇਟ ਜਨਰਲ ਕੌਣ ਹਨ ਇਸ ਦੇ ਵਿੱਚ ਆਪਸ਼ਨ ਨਹੀਂ ਐਡ ਗਈ ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਦੇ ਤਾਂ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਠੀਕ ਹੈ ਪੰਜਾਬ ਦੇ ਐਡਵੋਕੇਟ ਜਨਰਲ ਕੌਣ ਨੇ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਪੰਜਾਬ ਵਿੱਚ ਕੁੱਲ ਕਿੰਨੇ ਨਗਰ ਨਿਗਮ ਹਨ ਹਾਂਜੀ ਪੰਜਾਬ ਦੇ ਵਿੱਚ ਕਾਲੇ ਕਿੰਨੇ ਨਗਰ ਨਿਗਮ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿਨੀ ਹੈ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਦੇ ਲਈ ਪੰਜਾਬ ਦੇ ਨਗਰ ਨਿਗਮ ਦੀ ਗੱਲ ਹੋ ਰਹੀ ਆ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ 13 ਨੇ ਠੀਕ ਹੈ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਅੱਛਾ ਤਾਂ ਅਸੀਂ ਕੀਤੀ ਗੱਲ ਨਗਰ ਨਿਗਮ ਦੀ ਨਗਰ ਨਿਗਮ ਤਾਂ 13 ਨੇ ਪੰਜਾਬ ਵਿੱਚ ਵਿਧਾਨ ਸਭਾ ਮੈਂਬਰਾਂ ਦੀਆਂ ਕਿੰਨੀਆਂ ਸੀਟਾਂ ਨੇ 117 विधानसभा ਦੀ ਠੀਕ ਹੈ ਤੇ ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੀਆਂ ਕਿੰਨੀਆਂ ਸੀਟਾਂ ਨੇ ਪੰਜਾਬ ਦੇ ਵਿੱਚ ਉਹ ਵੀ ਰਾਈਟ ਆਨਸਰ ਹੋਵੇਗਾ 13 ਆ ਠੀਕ ਹੈ ਤੇ ਰਾਜ ਸਭਾ ਦੀਆਂ ਸੀਟਾਂ ਦੀ ਕਿੰਨੀ ਗਿਣਤੀ ਆ 7 ਆ ਤੇ ਪੰਜਾਬ ਦੇ ਵਿੱਚ ਟੋਟਲ ਜ਼ਿਲ੍ਹੇ ਕਿੰਨੇ ਆ 23 ਠੀਕ ਹੈ ਕਿੰਨੇ ਜ਼ਿਲ੍ਹੇ ਆ 23 ਤੇ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਪੰਜਾਬ ਦਾ ਕੁੱਲ ਖੇਤਰਫਲ ਆ 50362 ਵਰਗ ਕਿਲੋਮੀਟਰ ਪੰਜਾਬ ਦਾ ਰਾਜ ਪੰਛੀ ਬਾਜ਼ ਰਾਜ ਦਰਾਖਤ ਟਾਹਲੀ ਰਾਜ ਖੇਡ ਕਬੱਡੀ ਰਾਜ ਜਾਨਵਰ ਕਿਹੜਾ ਕਾਲਾ ਹਿਰਨ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਪੰਜਾਬ ਦੀ ਕਿਹੜੀ ਤਹਿਸੀਲ ਦੇ ਵਿੱਚ ਸਹਿਰੀ ਆਬਾਦੀ ਨਹੀਂ ਹੈ ਹਾਂਜੀ ਪੰਜਾਬ ਦੀ ਕਿਹੜੀ ਤਹਿਸੀਲ ਆ ਜਿੱਥੇ ਸਹਿਰੀ ਆਬਾਦੀ ਨਹੀਂਗੀ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਖੰਡੂਰ ਸਾਹਿਬ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਦੇ ਕਿਹੜੇ ਜ਼ਿਲ੍ਹਾ ਜ਼ਿਲੇ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਹਾਂਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਵਾ ਜਿਸ ਦੇ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਜਲੰਧਰ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੁਣ ਜਲੰਧਰ ਦੇ ਵਿੱਚ ਬਣਦਾ ਤਾਂ ਜਲੰਧਰ ਨੂੰ ਪੰਜਾਬ ਦੀ ਸਪੋਰਟਸ ਸਿਟੀ ਕਿਹਾ ਜਾਂਦਾ ਹੈ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਸ਼ਨ ਦਿੱਸ ਰਹੀ ਹੈ ਲੁਧਿਆਣਾ ਦੀ ਲੁਧਿਆਣਾ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਤੇ ਲੁਧਿਆਣਾ ਨੂੰ ਹੀ ਪੰਜਾਬ ਦੀ ਉਦਯੋਗਿਕ ਸਿਟੀ ਕਿਹਾ ਜਾਂਦਾ ਹੈ ਜਾਂ ਫਿਰ ਆਰਥਿਕ ਸਿਟੀ ਕਿਹਾ ਜਾਂਦਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੀ ਧਾਰਮਿਕ ਰਾਜਧਾਨੀ ਕਿਹਨੂੰ ਮੰਨਿਆ ਜਾਂਦਾ ਅੰਮ੍ਰਿਤਸਰ ਨੂੰ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇੱਕ ਤੁਹਾਨੂੰ ਅਬੋਹਰ ਦੀ ਆਪਸ਼ਨ ਲਿਖੀ ਦਿਖ ਰਹੀ ਆ ਅਬੋਹਰ ਅਬੋਹਰ ਨੂੰ ਕੈਲੀਫੋਰਨੀਆ ਆਫ ਪੰਜਾਬ ਕਿਹਾ ਜਾਂਦਾ ਕਿਉਂਕਿ ਇੱਥੇ ਕਿਨੂ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਆ ਜਾਨੀ ਕਿ ਕਿਨੂ ਦੀ ਖੇਤੀ ਦੀ ਕਾਸਟ ਬਹੁਤ ਹੁੰਦੀ ਆ ਠੀਕ ਹੈ ਹਾਂਜੀ ਪੰਜਾਬ ਦੀ ਫਰਨੀਚਰ ਸਿਟੀ ਕਿਸ ਨੂੰ ਕਿਹਾ ਜਾਂਦਾ ਕਰਤਾਰਪੁਰ ਨੂੰ ਪੰਜਾਬ ਦੀ ਸਟੀਲ ਸਿਟੀ ਕਿਸ ਨੂੰ ਕਿਹਾ ਜਾਂਦਾ ਮੰਡੀ ਗੋਵਿੰਦਗੜ੍ਹ ਨੂੰ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਕਿਹੜੀ ਬਣੀ ਸੀ ਪੰਜਾਬ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਮੁਲਤਾਨ ਤੋਂ ਲਾਹੌਰ ਬਣੀ ਸੀ ਮਤਲਬ ਕਿ ਮੁਲਤਾਨ ਤੋਂ ਲਾਹੌਰ ਤੱਕ ਜਿਹੜੀ ਬਣੀ ਸੀਗੀ ਪਹਿਲੀ ਰੇਲਵੇ ਲਾਈਨ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਤੇਜੀ ਸਥਾਪਨਾ ਕਦੋਂ ਹੋਈ ਸੀ 8 ਫਰਵਰੀ 1859 ਈਸਵੀ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਹੁਣ ਅਸੀਂ ਗੱਲ ਕੀਤੀ ਹੈ ਪਹਿਲੀ ਦੀ ਪਹਿਲੀ ਰੇਲਵੇ ਲਾਈਨ ਦੀ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਪਹਿਲੇ ਦੀ ਗੱਲ ਕੀਤੀ ਆ ਅਸੀਂ ਪਹਿਲੀ ਲਾਈਨ ਉਹ 8 ਫਰਵਰੀ 1859 ਨੂੰ ਜਾਨੀ ਕਿ 1859 ਦੇ ਵਿੱਚ ਮੈਂ ਲਿਖਦੀ ਐ ਇਸ ਲਈ ਆ ਤੁਹਾਡੇ ਲਈ ਤਾਂ ਜੋ ਜੋ ਵੀ ਰਾਈਟ ਆ ਉਹ ਤੁਹਾਡੇ ਲਈ ਲਿਖ ਦਿੱਤਾ ਜਾਵੇ ਕਿਉਂਕਿ ਕਾਲੀ ਕਾਲੀ ਦੇ ਵਿੱਚ ਕਈ ਵਾਰ ਗਲਤ ਬੋਲਿਆ ਜਾਂਦਾ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਠੀਕ ਹੈ ਜੀ ਹਾਂ ਜੀ ਅੱਗੇ ਚਿੱਟੇ ਸੋਨੇ ਦਾ ਖੇਤਰ ਅਖਵਾਉਂਦਾ ਹੈ ਹਾਂਜੀ ਚਿੱਟੇ ਸੋਨੇ ਦਾ ਖੇਤਰ ਕਿਸ ਨੂੰ ਕਿਹਾ ਜਾਂਦਾ ਮਾਲਵਾ ਨੂੰ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਕਿਉਂਕਿ ਚਿੱਟੇ ਸੋਨੇ ਦੀ ਇਹਨੂੰ ਚਿੱਟੇ ਸੋਨੇ ਦਾ ਖੇਤਰ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਮਾਲਵਾ ਨੂੰ ਠੀਕ ਹੈ ਚਿੱਟੇ ਸੋਨੇ ਦਾ ਖੇਤਰ ਕਿਉਂ ਕਿਹਾ ਜਾਂਦਾ ਹਾਂਜੀ ਚਿੱਟੇ ਸੋਨੇ ਦਾ ਖੇਤਰ ਕਿਹਾ ਜਾਂਦਾ ਮਾਲਵਾ ਨੂੰ ਤੇ ਚਿੱਟੇ ਸੋਨੇ ਦੀ ਭੂਮੀ ਕਿਸ ਨੂੰ ਕਿਹਾ ਜਾਂਦਾ ਇਹ ਵੀ ਧਿਆਨ ਰੱਖਣਾ ਮਾਨਸਾ ਨੂੰ ਕਿਉਂ ਤੇ ਪੰਜਾਬ ਦੀ ਇੱਕ ਰੂਪ ਪੱਟੀ ਵੀ ਬੋਲਿਆ ਜਾਂਦਾ ਪੰਜਾਬ ਦੀ ਰੂਪ ਪੱਟੀ ਕਿਸ ਨੂੰ ਬੋਲਿਆ ਜਾਂਦਾ ਉਹ ਵੀ ਮਾਨਸਾ ਨੂੰ ਹੀ ਬੋਲਿਆ ਜਾਂਦਾ ਠੀਕ ਹੈ ਜੀ ਤੇ ਕਿਉਂ ਬੋਲਿਆ ਜਾਂਦਾ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿਉਂਕਿ ਬਹੁਤ ਵਾਰ ਰਿਪੀਟ ਕਰ ਚੁੱਕੇ ਹਾਂ ਅਸੀਂ ਇਹ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਸੰਚਾਈ ਵਿਭਾਗ ਦੀ ਸਥਾਪਨਾ ਕਿਹੜੇ ਸਾਲ ਹੋਈ ਸੀ ਪੰਜਾਬ ਦੇ ਵਿੱਚ ਸੰਚਾਈ ਵਿਭਾਗ ਦੀ ਜਿਹੜੀ ਸਥਾਪਨਾ ਵਾ ਉਹ 1849 ਨੂੰ ਹੋਈ ਸੀ অপশন নাম্বার এ ইজ দা রাইট आंसर ঠিক হ্যায় ইস গাল দা ਤੁਸੀਂ ধ্যান রাখਣਾ কদੋ ਹੋਈ ਸੀ 1849 ਨੂੰ नेक्स्ट ਭਾਰਤੀ ਸੰਵਿਧਾਨ ਨੂੰ ਕਦੋ ਲਾਗੂ ਕੀਤਾ ਗਿਆ ਸੀ ਹਾਂਜੀ ਭਾਰਤੀ ਸੰਵਿਧਾਨ ਨੂੰ ਕਦੋ ਲਾਗੂ ਕੀਤਾ ਗਿਆ ਸੀ ਸਾਰਿਆਂ ਨੂੰ ਹੀ ਪਤਾ ਹੋਵੇਗਾ ਤਾਂ ਕਾਮਨ ਆ ਭਾਰਤੀ ਸੰਵਿਧਾਨ ਨਾਲ ਰਿਲੇਟਡ ਆ ঠিক ਹੈ ਇਸ ਤੋਂ ਤੁਹਾਡੇ 20 ਐਮਸੀਕਿਊ ਆ ਜਿਹੜੇ ਉਸ ਸੰਵਿਧਾਨ ਦੇ ਨਾਲ ਰਿਲੇਟਡ ਆ ਹਾਂਜੀ ਭਾਰਤੀ ਸੰਵਿਧਾਨ ਨੂੰ ਕਦੋ ਲਾਗੂ ਕੀਤਾ ਗਿਆ ਸੀ ਭਾਰਤੀ ਸੰਵਿਧਾਨ ਨੂੰ 26 ਜਨਵਰੀ 1950 ਦੇ ਵਿੱਚ ਲਾਗੂ ਕੀਤਾ ਗਿਆ ਸੀ অপਸ਼ਨ ਨੰਬਰ ਸੀ ਇਸ ਦਾ রাইਟ ਆਨਸਰ ਠੀਕ ਹੈ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਚੁਣੇ ਗਏ ਸਨ ਹਾਂਜੀ ਸੰਵਿਧਾਨ ਸਭਾ ਦੁਆਰਾ ਭਾਰਤ ਸੰਵਿਧਾਨ ਦੇ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਚੁਣੇ ਗਏ ਸਨ ਤਾਂ রাইਟ ਆਨਸਰ ਹੈ ਜੀ অপਸ਼ਨ ਨੰਬਰ ਏ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਜਿਹੜੇ ਕਿ 24 ਜਨਵਰੀ 1950 ਈਸਵੀ ਨੂੰ ਚੁਣੇ ਗਏ ਸੀ ਅਗਲਾ ਪ੍ਰਸ਼ਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਹਾਂਜੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਪੰਡਿਤ ਜਵਾਹਰ ਲਾਲ ਨਹਿਰੂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ مولانا ਕਬੂਲ ਕਲਾਮ ਸੌਰੀ مولانا ਅਬੁਲ ਕਲਾਮ আজাদ ਭਾਰਤ ਦੇ ਪਹਿਲੇ ਵਿੱਤ ਮੰਤਰੀ ਸਨ ਆਰ ਕੇ ਸੰਮੁਖ ਸੈਟੀ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਨ ਬਲਦੇਵ ਸਿੰਘ ਭਾਰਤ ਦੇ ਪਹਿਲੇ ਰੇਲਵੇ ਮੰਤਰੀ ਸਨ ਜான் ਮਿਥਾਈ ਭਾਰਤ ਦੇ ਪਹਿਲੇ ਯੋਜਨਾ ਮੰਤਰੀ ਸਨ ਗੁਲਜ਼ਾਰੀ ਲਾਲ ਨੰਦਾ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਕਤੀ ਅਮਰੀਕਾ ਦੇਸ਼ ਤੋਂ ਲਈ ਗਈ ਆ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਸ਼ਕਤੀ ਹੈ ਜਿਹੜੀ ਅਸੀਂ ਅਮਰੀਕਾ ਤੋਂ ਲਈ ਆ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ ਯਾਨੀ ਕਿ ਮੂਲ ਅਧਿਕਾਰ ਉਪ ਰਾਸ਼ਟਰਪਤੀ ਦਾ ਪਦ ਤੇ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਇਹ ਸਾਰੇ ਹੀ ਅਸੀਂ ਅਮਰੀਕਾ ਤੋਂ ਅਡਾਪਟ ਕੀਤੇ ਆ ਹਾਂਜੀ ਅਗਲਾ ਪ੍ਰਸ਼ਨ ਆ ਸੰਗਾਤਮਕ ਸ਼ਾਸਨ ਵਿਵਸਥਾ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਈ ਗਈ ਹੈ ਹਾਂਜੀ ਸੰਗਾ ਸੰਗਾਤਮਕ ਸ਼ਾਸਨ ਵਿਵਸਥਾ ਸੰਵਿਧਾਨ ਦੇ ਵਿੱਚ ਅਸੀਂ ਕੈਨੇਡਾ ਤੋਂ ਅਡਾਪਟ ਕੀਤੀ ਆ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਇਸ ਤੋਂ ਇਲਾਵਾ ਕੈਨੇਡਾ ਤੋਂ ਅਸੀਂ ਬਿੱਲ ਸੁਰੱਖਿਅਤ ਰੱਖਣਾ ਕੇਂਦਰ ਅਤੇ ਰਾਜ ਸਰਕਾਰ ਵਿੱਚ ਸਬੰਧ ਤੇ ਰੈਜ਼ਿਡਿਊਲ ਪਾਵਰ ਦੀ ਪਾਵਰ ਜਿਹੜੀ ਇਹ ਵੀ ਅਡਾਪਟ ਕੀਤੀ ਆ ਅਗਲਾ ਪ੍ਰਸ਼ਨ ਆ ਜੀ ਭਾਰਤ ਦੇ ਸੰਵਿਧਾਨ ਵਿੱਚ 5 ਸਾਲੀ ਯੋਜਨਾ ਕਿਹੜੇ ਦੇਸ਼ ਤੋਂ ਲਈ ਗਈ ਹੈ ਹਾਂਜੀ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ ਅਸੀਂ 5 ਸਾਲੀ ਯੋਜਨਾ ਲਈ ਹੈ ਕਿਹੜੇ ਦੇਸ਼ ਤੋਂ ਲਈ ਸੀ ਵੈਰੀ ਵੈਰੀ ਇੰਪੋਰਟੈਂਟ ਰੂਸ ਤੋਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਰੂਸ ਤੋਂ ਅਸੀਂ ਮੂਲ ਕਰਤੱਬ ਲਏ ਆ ਰੂਸ ਤੋਂ ਫਰਾਂਸ ਮੂਲ ਕਰਤੱਬ ਅਸੀਂ ਕਿੱਥੋਂ ਲਈ ਆ ਰੂਸ ਤੋਂ ਲਈ ਆ ਠੀਕ ਹੈ ਤੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਹਾਂਜੀ ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਸੀ 61ਵੇਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ 61ਵੇਂ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਸਵਿ ਅਧਿਕ ਵੋਟ ਪਾਉਣ ਦਾ ਅਧਿਕਾਰ 18 ਸਾਲ ਕੀਤਾ ਗਿਆ ਸੀ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਅਗਲਾ ਪ੍ਰਸ਼ਨ ਆ ਜੀ ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਵਧੀ ਮੰਗ ਨੂੰ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਕਦੋਂ ਸਵੀਕਾਰ ਕੀਤਾ ਹਾਂਜੀ ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਵਧੀ ਮੰਗ ਨੂੰ ਪਹਿਲੀ ਵਾਰ 1946 ਦੇ ਵਿੱਚ ਸਵੀਕਾਰ ਕੀਤਾ ਸੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਭਾਰਤ ਦੇ ਸੰਵਿਧਾਨ ਵਿੱਚ ਨਿਆਂ ਸ਼ਬਦ ਨੂੰ ਕਿੱਥੇ ਜੋੜਿਆ ਗਿਆ ਹਾਂਜੀ ਭਾਰਤ ਦੇ ਸੰਵਿਧਾਨ ਸੰਵਿਧਾਨ ਦੇ ਵਿੱਚ ਨਿਆਂ ਸ਼ਬਦ ਨੂੰ ਕਿੱਥੇ ਜੋੜਿਆ ਗਿਆ ਸੀ ਪ੍ਰਸਤਾਵਨਾ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤੇ ਪ੍ਰਸਤਾਵਨਾ ਨੂੰ ਹੀ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਵੈਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਹੈ ਹਾਂਜੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਵੈਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ ਦੂਜੀ ਅਨੁਸੂਚੀ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਤੇ ਪਹਿਲੀ ਅਨੁਸੂਚੀ ਦੇ ਵਿੱਚ ਕਾਦੀ ਜਾਣਕਾਰੀ ਮਿਲਦੀ ਆ ਪਹਿਲੀ ਅਨੁਸੂਚੀ ਵਿੱਚ ਭਾਰਤੀ ਸੰਗ ਅਤੇ ਰਾਜਾਂ ਦੇ ਖੇਤਰਾਂ ਦੀ ਜਾਣਕਾਰੀ ਮਿਲਦੀ ਆ ਦੂਜੀ ਤੀਸਰੀ ਦੂਜੀ ਦੇ ਵਿੱਚ ਤਾਂ ਅਸੀਂ ਦੱਸ ਚੁੱਕੇ ਹਾਂ ਵੇਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ ਤੇਜੀ ਅਨੁਸੂਚੀ ਦੇ ਵਿੱਚ ਸੌਂ ਚੁੱਕਣ ਸੰਬੰਧੀ ਜਾਣਕਾਰੀ ਮਿਲਦੀ ਆ ਚੌਥੀ ਅਨੁਸੂਚੀ ਦੇ ਵਿੱਚ ਕੀ ਮਿਲਦਾ ਹਾਂਜੀ ਚੌਥੀ ਅਨੁਸੂਚੀ ਵਾਲਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਤੇ ਪੰਜਵੀਂ ਅਨੁਸੂਚੀ ਦੇ ਵਿੱਚ ਅਨੁਸੂਚਿਤ ਜਨਜਾਤੀਆਂ ਦੇ ਸ਼ਾਸਨ ਪ੍ਰਬੰਧ ਸੰਬੰਧੀ ਜਾਣਕਾਰੀ ਮਿਲਦੀ ਆ ਤੇ ਵਰਤਮਾਨ ਸਮੇਂ ਦੇ ਵਿੱਚ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਨੇ 12 ਪਹਿਲਾਂ ਕਿੰਨੀਆਂ ਸੀ 8 ਅਗਲਾ ਪ੍ਰਸ਼ਨ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਪੰਚਾਇਤੀ ਰਾਜ ਸੰਬੰਧੀ ਜਾਣਕਾਰੀ ਮਿਲਦੀ ਆ ਹਾਂਜੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਆ ਜਿਸ ਦੇ ਵਿੱਚ ਦੇਖੋ ਮੈਂ 5 ਤੱਕ ਤਾਂ ਤੁਹਾਨੂੰ ਦੱਸ ਚੁੱਕੀ ਆ ਠੀਕ ਹੈ ਸੰਵਿਧਾਨ ਦੀ ਹੁਣ ਕਿਹੜੀ ਅਨੁਸੂਚੀ ਆ ਜਿਸ ਵਿੱਚ ਪੰਚਾਇਤੀ ਰਾ ਸਬੰਧੀ ਜਾਣਕਾਰੀ ਮਿਲਦੀ ਆ 11ਵੀਂ ਅਨੁਸੂਚੀ ਇਸ ਤੋਂ ਇਲਾਵਾ ਮੈਂ ਪੂਰੀ ਡਿਟੇਲ ਦੇ ਵਿੱਚ ਸੰਵਿਧਾਨ ਤੇ ਵੀਡੀਓ ਬਣਾਈ ਹੋਈ ਆ ਜਿੰਨੇ ਵਿੱਚ ਮੈਂ 500 ਐਮਸੀਕਿਊ ਕਰਵਾਏ ਨੇ 500 ਪਲੱਸ ਐਮਸੀਕਿਊ ਸੰਵਿਧਾਨ ਦੇ ਨਾਲ ਰਿਲੇਟਡ ਮੈਂ ਕਰਵਾਇਆ ਜਿਸ ਦੇ ਵਿੱਚ ਅਸੀਂ ਇੰਡੀਅਨ ਪੋਲੀਟੀ ਪੰਜਾਬ ਪੋਲੀਟੀ ਤੇ ਇਸ ਤੋਂ ਇਲਾਵਾ ਜਿੰਨੇ ਵੀ ਇੰਪੋਰਟੈਂਟ ਆਰਟੀਕਲ ਸਿਕਯੂ ਸੰਵਿਧਾਨ ਦੇ ਨਾਲ ਰਿਲੇਟਡ ਵਨ ਸਕਦੇ ਆ ਇੰਪੋਰਟੈਂਟ ਆਰਟੀਕਲ ਸਾਰੇ ਹੀ ਮੈਂ ਇੱਕ ਹੀ ਵੀਡੀਓ ਦੇ ਵਿੱਚ ਕਵਰ ਕੀਤੇ ਨੇ ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ ਠੀਕ ਹੈ ਤੇ ਸੰਵਿਧਾਨ ਦੀ ਕਿਹੜੀਨ ਸੂਚੀ ਵਿੱਚ ਪੰਚਾਇਤੀ ਰਾਜ ਸੰਬੰਧੀ ਜਾਣਕਾਰੀ ਮਿਲਦੀ ਹੈ 11ਵੀਂ ਦੇ ਵਿੱਚ ਤੇ ਸੰਵਿਧਾਨ ਦੀ 8ਵੀਂ ਸੂਚੀ ਦੇ ਵਿੱਚ ਕੀ ਮਿਲਦਾ ਤੁਹਾਨੂੰ ਲਿਖੀ ਦਿਖ ਰਹੀ ਹੈ 8ਵੀਂ ਵਾਈ ਭਾਸ਼ਾ ਮਾ ਸਬੰਧੀ ਜਾਣਕਾਰੀ ਮਿਲਦੀ ਆ 10ਵੀਂ ਦੇ ਵਿੱਚ ਦਾਲ ਬਦਲਣ ਸੰਬੰਧੀ ਜਾਣਕਾਰੀ ਮਿਲਦੀ ਆ ਠੀਕ ਹੈ ਤੇ 12ਵੀਂ ਦੇ ਵਿੱਚ ਸਹਿਰੀ ਖੇਤਰ ਦੇ ਸਥਾਨੀ ਸ਼ਾਸਨ ਸੰਬੰਧੀ ਜਾਣਕਾਰੀ ਮਿਲਦੀ ਆ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹਾਂਜੀ ਅਗਲਾ ਪ੍ਰਸ਼ਨ ਆ ਸੰਵਿਧਾਨ ਦਾ ਕਿਹੜਾ ਭਾਗ ਨਾਗਰਿਕ ਨਾਗਰਿਕਤਾ ਸੰਬੰਧੀ ਜਾਣਕਾਰੀ ਦਿੰਦਾ ਹੈ ਹਾਂਜੀ ਨਾਗਰਿਕਤਾ ਸੰਬੰਧੀ ਜਾਣਕਾਰੀ ਸਾਨੂੰ ਭਾਗ 2 ਦੇ ਵਿੱਚ ਮਿਲਦੀ ਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਨਾਗਰਿਕਤਾ ਸੰਬੰਧੀ ਜਾਣਕਾਰੀ ਭਾਗ 2 ਦੇ ਵਿੱਚ ਆਰਟੀਕਲ 5 ਤੋਂ 11 ਤੱਕ ਮਿਲਦੀ ਆ। ਉਸ ਤੋਂ ਬਾਅਦ 12 ਤੋਂ 35 ਤੱਕ ਸਾਨੂੰ ਜਿਹੜੀ ਜਾਣਕਾਰੀ ਭਾਗ 3 ਦੇ ਵਿੱਚ ਮੂਲ ਅਧਿਕਾਰਾਂ ਮੂਲ ਅਧਿਕਾਰਾਂ ਦੀ ਜਾਣਕਾਰੀ ਮਿਲਦੀ ਆ। ਠੀਕ ਹੈ ਤੇ ਮੂਲ ਕਰਤੱਵ ਦੀ ਗਿਣਤੀ ਕਿੰਨੀ ਆ 11 ਜਿਹੜੇ ਕਿ 51 A ਦੇ ਵਿੱਚ ਦਰਜ ਨੇ ਤੇ ਰਾਜਾਂ ਦੇ ਨੀਤੀ ਤੇ ਨਿਰਦੇਸ਼ ਤੱਥਾਂ ਦੀ ਜਾਣਕਾਰੀ ਆ ਜਿਹੜੀ ਸਾਨੂੰ ਇਹ ਆਰਟੀਕਲ 36 ਤੋਂ 51 ਤੱਕ ਮਿਲਦੀ ਆ। ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਰਾਜ ਭਾਸ਼ਾ ਦੀ ਜਾਣਕਾਰੀ ਦਿੱਤੀ ਗਈ ਆ ਹਾਂਜੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਰਾਜ ਭਾਸ਼ਾ ਦੀ ਜਾਣਕਾਰੀ ਦਿੱਤੀ ਗਈ ਆ 17 ਦੇ ਵਿੱਚ ਆਫ ਇਜ਼ ਅ ਰਾਈਟ ਆਨਸਰ ਇਸ ਤੋਂ ਇਲਾਵਾ ਭਾਗ 18 ਦੇ ਵਿੱਚ ਆਪਾਤਕਾਲ ਸੰਬੰਧੀ ਜਾਣਕਾਰੀ ਮਿਲਦੀ ਆ ਭਾਗ 15 ਦੇ ਵਿੱਚ ਨਿਯਵਾਚਨ ਅਯੋਗ ਸੰਬੰਧੀ ਜਾਣਕਾਰੀ ਮਿਲਦੀ ਆ ਭਾਗ 20 ਦੇ ਵਿੱਚ ਸੰਵਿਧਾਨ ਸੰਸ਼ੋਧਨ ਦੀ ਜਾਣਕਾਰੀ ਮਿਲਦੀ ਆ ਭਾਗ 3 ਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਵਾ ਤੇ ਇਸ ਦੇ ਵਿੱਚ ਮੌਲਿਕ ਅਧਿਕਾਰਾਂ ਦੀ ਜਾਣਕਾਰੀ ਮਿਲਦੀ ਆ ਭਾਗ 9 ਦੇ ਵਿੱਚ ਪੰਚਾਇਤੀ ਰਾਜ ਦੀ ਜਾਣਕਾਰੀ ਮਿਲਦੀ ਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਕੈਬਨਟ ਮਿਸ਼ਨ ਯੋਜਨਾ ਦਾ ਗਠਨ ਕਦੋਂ ਹੋਇਆ ਹਾਂਜੀ ਕੈਬਨਟ ਮਿਸ਼ਨ ਯੋਜਨਾ ਦਾ ਗਠਨ ਕਦੋਂ ਹੋਇਆ ਸੀ 1946 ਦੇ ਵਿੱਚ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਅਗਲਾ ਪ੍ਰਸ਼ਨ ਗਠਨ ਸਮੇਂ ਸੰਵਿਧਾਨ ਸਭਾ ਵਿੱਚ ਕੁੱਲ ਕਿੰਨੇ ਮੈਂਬਰ ਸਨ ਹਾਂਜੀ ਜਦੋਂ ਸੰਵਿਧਾਨ ਸਭਾ ਦਾ ਗਠਨ ਹੋਇਆ ਸੀ ਉਸ ਸਮੇਂ ਸੰਵਿਧਾਨ ਦੇ ਵਿੱਚ ਕੁੱਲ ਕਿੰਨੇ ਮੈਂਬਰ ਸਨ 399 ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜਿਨ੍ਹਾਂ ਦੇ ਵਿੱਚੋਂ 292 ਮੈਂਬਰ ਬ੍ਰਿਟਿਸ਼ ਪ੍ਰਾਂਤਾਂ ਦੇ ਸੀ ਤੇ 93 ਮੈਂਬਰ ਦੇਸੀ ਰਿਆਸਤਾਂ ਦੇ ਸੀ ਹਾਂਜੀ ਅਗਲਾ ਪ੍ਰਸ਼ਨ ਆਂਤਰੀਮ ਸਰਕਾਰ ਦਾ ਗਠਨ ਕਿਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ ਆਂਤਰੀਮ ਸਰਕਾਰ ਦਾ ਗਠਨ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠਾਂ ਕੀਤਾ ਗਿਆ ਸੀ অপਸ਼ਨ ਨੰਬਰ ਸੀ ਇਜ਼ ਦਾ রাইਟ ਆਂਸਰ ਠੀਕ ਹੈ ਤੇ ਆਂਤਰੀਮ ਸਰਕਾਰ ਦਾ ਗਠਨ ਕੀਤਾ ਕਦੋਂ ਗਿਆ ਸੀ 2 ਸਤੰਬਰ 1946 ਦੇ ਵਿੱਚ ਕੀਤਾ ਗਿਆ ਸੀ ਇਸ ਸਰਕਾਰ ਵਿੱਚ ਮੁਸਲਿਮ ਨੇਤਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਹਾਂਜੀ ਅਗਲਾ ਪ੍ਰਸ਼ਨ ਤੁਹਾਨੂੰ ਰਏ ਦੇਖੋ ਇਹਦੇ ਵਿੱਚ ਇਦਾਂ ਬਣ ਸਕਦਾ ਵਾ ਇੰਪੋਰਟੈਂਟ ਕੁਐਸਚਨ ਕਿ ਕਿਹੜੀ ਸਰਕਾਰ ਵਿੱਚ ਮੁਸਲਿਮ ਨੇਤਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਅੰਤਰੀਮ ਸਰਕਾਰ ਦੇ ਵਿੱਚ ਨਹੀਂ ਕੀਤਾ ਗਿਆ ਸੀ ਅਗਲਾ ਸੰਵਿਧਾਨ ਸਭਾ ਦੀ ਬੈਠਕ ਦੇ ਅਸਥਾਈ ਚੇਅਰਮੈਨ ਕੌਣ ਸਨ ਹਾਂਜੀ ਸੰਵਿਧਾਨ ਸਭਾ ਦੀ ਬੈਠਕ ਦੇ ਅਸਥਾਈ ਚੇਅਰਮੈਨ ਕੌਣ ਸਨ ਡਾਕਟਰ ਸਚੀਦਾਨੰਦ ਸਿਨਹਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤਾਂ ਸੰਵਿਧਾਨ ਸਭਾ ਦੀ ਜਿਹੜੀ ਬੈਠਕ ਹੋਈ ਸੀਗੀ ਜਿਸ ਦੇ ਅਸਥਾਈ ਚੇਅਰਮੈਨ ਬਣੇ ਸੀਗੇ ਡਾਕਟਰ ਸਚੀਦਾਨੰਦ ਸਿਨਹਾ ਇਹ ਕਦੋਂ ਹੋਈ ਸੀ ਹਾਂਜੀ ਇਹ ਹੋਈ ਸੀ 9 ਦਸੰਬਰ 1946 ਨੂੰ ਤੇ ਦੂਜੀ ਬੈਠਕ ਹੋਈ ਸੀ 11 ਦਸੰਬਰ 1946 ਨੂੰ ਤੇ ਇਸ ਦੇ ਸਥਾਈ ਰੂਪ ਦੇ ਵਿੱਚ ਚੇਅਰਮੈਨ ਬਣਾ ਦਿੱਤੇ ਗਏ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਸਭਾ ਵਿੱਚ ਕੁੱਲ ਕਿੰਨੀਆਂ ਇਸਤਰੀਆਂ ਸਨ ਹਾਂਜੀ ਭਾਰਤੀ ਸੰਵਿਧਾਨ ਸਭਾ ਦੇ ਵਿੱਚ ਕੁੱਲ ਕਿੰਨੀਆਂ ਇਸਤਰੀਆਂ ਸਨ ਤਾਂ ਇਸ ਦਾ ਰਾਈਟ ਆਨਸਰ ਹੈ 15 ਵੈਰੀ ਇੰਪੋਰਟੈਂਟ ਹੁਣ ਤੁਸੀਂ ਯਾਦ ਰੱਖਣਾ ਬਹੁਤ ਸਾਰੇ ਸਟੂਡੈਂਟਸ ਦਾ ਡਾਊਟ ਸੀ ਤੇ ਉਹਨਾਂ ਨੇ ਕਮੈਂਟ ਬਾਕਸ ਦੇ ਵਿੱਚ ਵੀ ਲਿਖਿਆ ਸੀ ਠੀਕ ਹੈ ਤਾਂ ਔਰਤਾਂ ਕਿੰਨੀਆਂ ਸੀਗੀਆਂ 15 ਸੀ ਇਸ ਗੱਲ ਦਾ ਧਿਆਨ ਰੱਖਣਾ ਅਗਲਾ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਲਗਭਗ ਕਿੰਨਾ ਸਮਾਂ ਲੱਗਿਆ ਸੀ ਹਾਂਜੀ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ ਲਗਭਗ 3 ਸਾਲ ਦਾ ਸਮਾਂ ਲੱਗਿਆ ਸੀ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਲਗਭਗ ਤਾਂ 3 ਸਾਲ ਦਾ ਲੱਗਿਆ ਸੀ ਐਕਚੁਅਲ ਸਮਾਂ ਲੱਗਿਆ ਸੀ 2 ਸਾਲ 11 ਮਹੀਨੇ 18 ਦਿਨ ਤੇ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ ਖਰਚਾ ਕਿੰਨਾ ਆਇਆ 6.4 ਕਰੋੜ ਦਾ ਖਰਚਾ ਆਇਆ ਸੀ ਤੇ ਭਾਰਤੀ ਸੰਵਿਧਾਨ 26 ਨਵੰਬਰ 1400 ਸੌਰੀ 1449 ਈਸਵੀ ਨੂੰ ਬਣ ਕੇ ਤਿਆਰ ਹੋਇਆ ਸੀ ਅਗਲਾ ਪ੍ਰਸ਼ਨ ਸੰਵਿਧਾਨ ਸਭਾ ਦਾ ਸਰੂਪ ਤਿਆਰ ਕਰਨ ਵਿੱਚ ਕੁੱਲ ਕਿੰਨੇ ਦਿਨ ਬਹਿਸ ਚੱਲੀ ਵੈਰੀ ਇੰਪੋਰਟੈਂਟ 114 ਦਿਨ ਬਹਿਸ ਚੱਲੀ ਸੀਗੀ ਸੰਵਿਧਾਨ ਸਭਾ ਦਾ ਸਰੂਪ ਤਿਆਰ ਕਰਨ ਦੇ ਵਿੱਚ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ